ਅਸੀਂ ਸੋਚਿਆ ਕਿ ਸੱਚਾਈ ਸੱਚੀ ਪੇਸ਼ ਕਰਨਗੇ। ਉਹਨਾਂ ਨੇ ਹਰ ਡਿਪਾਰਟਮੈਂਟ ਨੂੰ ਲਿਖਿਆ ਕਿ ਜੋ ਕੁਛ ਜਿਹੜੀ ਅਸੀਂ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਨੇ ਜਿਹੜੀ ਅਸੀਂ ਬੁੱਕ ਛਾਪੀ ਸੀ ਜਸਟ ਬਿਫੋਰ ਦ ਇਲੈਕਸ਼ਨ, ਉਹ ਕਹਿੰਦੀ ਆ ਜੈਨੂਇਨ ਹੈ ਕਿ ਨਹੀਂ ਹੈ। ਜਦੋਂ ਸਾਰੇ ਡਿਪਾਰਟਮੈਂਟ ਨੇ ਲਿਖ ਕੇ ਵਾਪਸ ਭੇਜਿਆ ਇਹਨਾਂ ਨੂੰ ਕਿ ਇਹ ਸਾਰੀ ਜੋ ਕਿਹਾ ਚੀਜ਼ਾਂ ਸਾਰੀਆਂ ਜੈਨੂਇਨ ਹੈ, ਇਹਨਾਂ ਦੀ ਫਰਸਟ੍ਰੇਸ਼ਨ ਹੋਰ ਵਧੀ। ਸਭ ਤੋਂ ਪਹਿਲੀ ਗੱਲ ਹੈ ਤਾਂ ਮਨਪ੍ਰੀਤ ਦੀ ਆਪਣੀ ਸਟੇਟਮੈਂਟ, ਜਿਹੜਾ ਉਹਨਾਂ ਦਾ ਖਜ਼ਾਨਾ ਮੰਤਰੀ ਹੈ, ਆ ਖਜ਼ਾਨਾ ਮੰਤਰੀ ਜਦੋਂ ਸਾਡੀ 10 ਸਾਲ ਦੀ ਸਰਕਾਰ ਸ਼ੁਰੂ ਹੋਈ ਪਹਿਲਾ ਖਜ਼ਾਨਾ ਮੰਤਰੀ ਵੀ ਆਈ ਸੀ, ਅਤੇ ਜਿਹੜੀ ਗੱਲ ਹੁਣ ਕਰ ਰਹੇ ਹੈ ਉਹ ਜੈਨੂਇਨ ਉਹੀ ਰੈਪੂਟੇਸ਼ਨ ਉਹੀ ਵਰਡਸ ਜਿਹੜੇ ਇਹਨਾਂ ਦੇ ਅਸੀਂ ਰਿਪੀਟ ਕੀਤੇ ਹੈ। ਜੇ ਅਸੀਂ ਫਸਟ ਪੇਜ ਤੁਸੀਂ ਸਾਡੇ ਸੁਪਰ ਵਾਈਟ ਪੇਪਰ 'ਤੇ ਦੇਖੋਗੇ ਜਿੱਥੇ ਉਹਨੇ ਲਿਖਿਆ ਦ ਪ੍ਰੀਵੀਅਸ ਕਾਂਗਰਸ ਗਵਰਨਮੈਂਟ ਵਾਈਲ ਡਿਮਿਟਿੰਗ ਆਫਿਸ ਡਿਡ ਨਾਟ ਲੀਵ ਬਿਹਾਈਂਡ ਅ ਸਟੇਟ ਫਿਜ਼ੀਕਲ ਸਿਚੁਏਸ਼ਨ ਇਨ ਗੁੱਡ ਹੈਲਥ, ਸਲਗਿਸ਼ ਰੈਵਨਿਊ ਰਿਸੀਪਟਸ ਐਂਡ ਸ਼ਾਰਪ ਇੰਕਰੀਜ਼ ਇਨ ਐਕਸਪੈਂਡੀਚਰ ਲੈਡ ਟੂ ਫਿਜ਼ੀਕਲ ਡਿਟੀਰੀਏਸ਼ਨ। ਆਹ ਮਨਪ੍ਰੀਤ ਸਿੰਘ ਬਾਦਲ ਦੇ ਆਈ ਬਿਆਨ ਹੈ।